ਕਿੱਦਾਂ ਪੰਜਾਬੀ ਹੋ? CRNA ਐਪਲੀਕੇਸ਼ਨ ਤੇ ਅਪਡੇਟ ਪਾਲਦੇ ਹੋ? ਮਿਲ ਜੂਗਾ, ਆ ਜਾਓ ਮੇਰੇ ਨਾਲ ਆਫਿਸ ਦੇ ਵਿੱਚ। ਹਾਂਜੀ ਪੰਜਾਬੀਓ, ਸੋ ਪਹਿਲੀ ਗੱਲ ਇਹ ਹੈ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜਿਹੜਾ CRNA ਦਾ ਅਪਡੇਟ ਹੈ, ਦੈਟ ਇਜ਼ ਇਨ ਰਿਗਾਰਡਸ ਟੂ ਐਵੀਡੈਂਸ ਆਫ ਪ੍ਰੈਕਟਿਸ, ਮਤਲਬ ਕਿ ਵਰਕ ਐਕਸਪੀਰੀਅੰਸ ਬਾਰੇ ਹੈਗਾ। ਸੋ ਹੁਣ 2-3 ਲੰਬੇ ਸਾਹ ਹੋਰ ਖਿੱਚ ਲਓ, ਕਿਉਂਕਿ ਜੇ ਤੁਸੀਂ ਐਪਲੀਕੇਸ਼ਨ 15 April ਤੋਂ ਪਹਿਲਾਂ ਕੀਤੀ ਹੈ, ਵਿਚ ਮੀਨਸ ਜੇ ਤੁਸੀਂ ਐਪਲੀਕੇਸ਼ਨ ਆਪਣੀ 14 April 2024 ਤੱਕ ਜੇ ਤੁਸੀਂ ਫਾਈਲ ਕੀਤੀ ਹੈ, ਦੈਨ ਦੀਸ ਚੇਂਜਿਸ ਆਰ ਨਾਟ ਐਪਲੀਕੇਬਲ ਔਨ ਯੂ। ਸੋ ਜਿਹੜੇ ਸਾਰੇ ਉੱਥੇ ਬੈਠੇ ਨੇ, ਟੇਕ ਅ ਡੀਪ ਬ੍ਰੈਥ, ਯੂ ਗਾਈਜ਼ ਆਰ ਫਾਈਨ। ਨਾ ਵਟ ਅਬਾਊਟ ਦ ਨਿਊ ਪੀਪਲ ਜਿਨ੍ਹਾਂ ਨੇ 15 ਤੋਂ ਜਾਂ ਉਸ ਤੋਂ ਬਾਅਦ ਹੁਣ ਐਪਲੀਕੇਸ਼ਨ ਲਗਾਉਣੀ ਹੈ? ਪਹਿਲਾਂ ਐਲਬਰਟਾ ਵਾਸ ਸੇਇੰਗ CRNA ਕਿ ਇਫ ਯੂ ਪਾਸ ਯੂਰ NCLEX-RN ਐਗਜ਼ਾਮ, ਦੈਟ NCLEX-RN ਐਗਜ਼ਾਮ ਵਿਲ ਬੀ ਯੂਜ਼ਡ ਐਜ਼ ਅ ਪ੍ਰੂਫ ਆਫ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਐਂਡ ਐਜ਼ ਵੈਲ ਐਜ਼ ਯੂਰ ਐਵੀਡੈਂਸ ਆਫ ਪ੍ਰੈਕਟਿਸ। ਤੇ ਥੋੜੀ ਜਿਹੀ ਮੈਂ ਉਹਦੇ 'ਚ ਇਨਫੋਰਮੇਸ਼ਨ ਹੋਰ ਐਡ ਕਰਦਾ, ਇੱਦਾਂ ਨਹੀਂ ਹੈ ਕਿ ਲਾਈਕ ਯੂ ਰੀਅਲੀ ਹੈਵ ਟੂ ਸਬਮਿਟ ਦ ਐਵੀਡੈਂਸ। ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਕਰੋਗੇ, ਉਹਦੇ ਵਿੱਚ ਤੁਹਾਨੂੰ ਉਹ ਪੁੱਛਣਗੇ ਕਿ ਤੁਹਾਡੇ ਕੋਲ ਪ੍ਰੈਕਟਿਸ ਐਕਸਪੀਰੀਅੰਸ ਹੈਗਾ ਜਾਂ ਨਹੀਂ ਹੈਗਾ, ਤੇ ਉਹਦੇ 'ਚ ਬਸ ਤੁਸੀਂ ਕਲਿੱਕ ਕਰਨਾ ਐਂਡ ਦੈਨ ਜੇ CRNA ਨੂੰ ਲੱਗੇਗਾ ਕਿ ਉਹਨਾਂ ਨੇ ਵੈਰੀਫਾਈ ਕਰਨਾ ਹੈ, ਤੇ ਉਹ ਤੁਹਾਡੇ ਇੰਪਲੋਇਰ ਤੋਂ ਪਿੱਛੋਂ ਵੈਰੀਫਾਈ ਕਰਨਗੇ ਕਿ ਤੁਹਾਡੇ ਕੋਲ ਇਹ ਜੈਨੂਅਨ ਆਵਰਸ ਹੈਗੇ ਹੈ ਜਾਂ ਨਹੀਂ ਹੈਗੇ। ਹੋਰ ਇੰਟਰਸਟਿੰਗ ਗੱਲ ਦੱਸਾਂ, ਐਜ਼ ਪਰ CRNA's ਵੈਬਸਾਈਟ, ਦੇ ਸੇ ਕਿ ਜੇ ਤੁਹਾਡਾ ਐਕਸਪੀਰੀਅੰਸ ਇੰਡੀਆ ਤੋਂ, ਫੋਰ ਐਗਜ਼ਾਮਪਲ ਤੁਹਾਡੇ ਕੋਲ ਨਰਸਿੰਗ ਇੰਸਟ੍ਰਕਟਰ ਦਾ ਵੀ ਐਕਸਪੀਰੀਅੰਸ ਹੈਗਾ, ਬੈੱਡ ਸਾਈਡ ਨਰਸਿੰਗ ਤੇ ਐਕਸਪੀਰੀਅੰਸ ਉਹ ਮੰਨਦੇ ਹੀ ਮੰਨਦੇ ਹੈ, ਐਂਡ ਜੇ ਤੁਸੀਂ ਈਵਨ ਕਿ ਵਲੰਟੀਅਰ ਵੀ ਕੰਮ ਕੀਤਾ ਹੋਇਆ, ਐਂਡ ਦੈਨ ਦ ਪੀਪਲ ਵੇਅਰ ਯੂ ਹੈਵ ਵਲੰਟੀਅਰਡ, ਜੋ ਤੁਹਾਡਾ ਪਰੂਫ ਦੇਣ ਨੂੰ ਤਿਆਰ ਹੋ ਜਾਣ, ਤੇ ਉਹ ਵਾਲਾ ਵਰਕ ਐਕਸਪੀਰੀਅੰਸ ਵੀ ਕੰਸਿਡਰ ਹੋ ਜਾਏਗਾ। ਸੋ ਪੰਜਾਬੀਓ, ਘਬਰਾਇਆ ਨਾ ਕਰੋ, ਛੋਟਾ ਜਿਹਾ ਅਪਡੇਟ ਹੈ, ਜਸਟ ਲਾਈਕ CNO ਹੈ ਨਾ, ਜਿੱਦਾਂ CNO ਦੇ ਵਿੱਚ ਐਵੀਡੈਂਸ ਆਫ ਪ੍ਰੈਕਟਿਸ ਚਾਹੀਦਾ ਹੁੰਦਾ, ਨਾਓ ਐਲਬਰਟਾ ਇਜ਼ ਆਸਕਿੰਗ ਫਾਰ ਦ ਸੇਮ ਬਟ ਫਾਰ 250 hours। ਉਸ ਤੋਂ ਇਲਾਵਾ ਆਈ ਨੋ ਦੇਰ ਵਿਲ ਬੀ ਸਮ ਕੁਐਸਚਨਸ ਕਿ ਜਿਹੜੇ ਇੰਟਰਨੈਸ਼ਨਲੀ ਤੁਹਾਨੂੰ ਐਜੂਕੇਟਡ ਸਟੂਡੈਂਟਸ ਨੇ ਕਈ ਵਾਰੀ ਪੁੱਛਦੇ ਨੇ, ਜਿਹੜੇ ਪੜ੍ਹਨ ਆਏ ਹੋਏ ਨੇ ਨਰਸਿੰਗ ਪ੍ਰੋਗਰਾਮਸ ਦੇ। ਸਮ ਸਟੂਡੈਂਟਸ ਦੇ ਡੂ ਐਨਹਾਂਸ ਨਰਸਿੰਗ ਪ੍ਰੈਕਟੀਕਲ ਪ੍ਰੋਗਰਾਮ ਫੌਨਸ਼ੇ ਕਾਲਜ ਦੇ ਵਿੱਚ, ਕੋਨਸਟੋਗਾ ਕਾਲਜ ਦੇ ਵਿੱਚ ਜਿਹੜੇ ਸਟੂਡੈਂਟਸ ਪੜ੍ਹ ਰਹੇ ਨੇ। ਸੋ ਵਟ ਵੀ ਹੈਵ ਟੂ ਡੂ ਇਜ਼, ਵੈਨ ਵੀ ਆਰ ਫਾਈਲਿੰਗ ਯੋਰ ਐਪਲੀਕੇਸ਼ਨ, ਯੂ ਜਸਟ ਹੈਵ ਟੂ ਐਡ ਦੈਟ ਐਜੂਕੇਸ਼ਨ ਐਂਡ ਦੈਨ ਯੋਰ CRNA ਵਿਲ ਗੋ ਥਰੂ ਇਟ ਐਂਡ ਦੈਨ ਦੇ ਵਿਲ ਸੀ ਇਫ ਯੂ ਕੁਆਲੀਫਾਈ ਔਰ ਦੈਟ ਪ੍ਰੋਗਰਾਮ ਕੁਆਲੀਫਾਈਜ਼ ਫਾਰ ਦੀਸ 250 hours। ਸੋ ਮੋਰਲ ਆਫ ਦ ਸਟੋਰੀ, ਵੀ ਹੈਵ ਟੂ ਫਾਈਲ ਦ ਐਪਲੀਕੇਸ਼ਨ ਐਂਡ ਇਟਸ ਮੋਰ ਕੇਸ ਟੂ ਕੇਸ, ਪਰ ਇਫ ਯੂ ਗਾਈਜ਼ ਹੈਵ ਮੋਰ ਕੁਐਸਚਨਸ, ਉਹਨਾਂ ਦਾ ਨਰਸ ਨੈਵੀਗੇਟਰ ਜਿਹੜਾ ਪ੍ਰੋਗਰਾਮ ਹੈ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਯੂ ਕੈਨ ਡਿਸਕਸ ਯੋਰ ਸਿਚੁਏਸ਼ਨ। ਐਂਡ ਕੋਈ ਹੋ ਹਊਆ ਨਹੀਂ ਹੋਇਆ ਪੰਜਾਬੀਓ, 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 FBNPC ਨੂੰ ਫਾਲੋ ਕਰ ਲਿਆ ਕਰੋ ਤੇ ਸਟ੍ਰੈਸ ਲੈਵਲ ਥੋੜਾ ਘੱਟ ਰੱਖਿਆ ਕਰੋ। ਥੈਂਕ ਯੂ ਸੋ ਮਚ।